ਜਿਹੜਾ ਪਿਛੋਰਾ ਸੀ ਤੁਹਾਡੇ ਕੋਲ ਅੱਛਾ ਸਾਡਾ ਨਾਨਾ ਅੱਛਾ ਉਹ ਰੂੜ ਸਿੰਘ ਦਾ ਇਕੱਠੇ ਨਾ ਲੰਗੋਟੀ ਹੀ ਹੈ ਨਾ ਪਿਛੋਰਾ ਤੁਹਾਡਾ ਨਾਨਾ ਅਤੇ ਰੂੜ ਸਿੰਘ ਇਹ ਲੰਗੋਟੀ ਹੈ ਲੰਗੋਟੀ ਹੈ ਅੱਛਾ ਸਹੀ ਹੋ ਗਿਆ ਦੀਵਾਰ ਨਾਲ ਦੀਵਾਰ ਸੀ ਅਸੀਂ ਨਾਨਕੇ ਆਏ ਹਾਂ 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 ਰੂੜ ਸਿੰਘ ਨੂੰ ਨਾਨਾ ਕਹਿੰਦੇ ਸੀਗੇ ਰੂੜ ਸਿੰਘ ਨੂੰ ਰੂੜ ਸਿੰਘ ਨੂੰ ਨਾਨਾ ਕਹਿੰਦੇ ਸੀ ਦੀਵਾਰ ਸਾਡੀ ਸਾਂਝੀ ਸੀ ਅੱਛਾ ਉਹ ਇਧਰਲੇ ਪਾਸੇ ਸੀ ਇਧਰਲੇ ਪਾਸੇ ਭੋਲਾ ਸਿੰਘ ਭੋਲਾ ਸਿੰਘ ਫਿਰ ਉਹਦਾ ਅਮਰ ਸਿੰਘ ਭਰਾ ਅਮਰ ਸਿੰਘ ਉਹਦਾ ਭਰਾ ਹੋ ਗਿਆ ਫਿਰ ਦੂਸਰਾ ਸੀ ਜਾਗਰ ਸਿੰਘ ਉਜਾਗਰ ਸਿੰਘ ਅੱਛਾ ਜਿਹਨਾਂ ਨੂੰ ਬੁੱਗੇ ਕਹਿੰਦੇ ਸੀਗੇ ਬੁੱਗੇ ਉਹਨਾਂ ਨੂੰ ਕਹਿੰਦੇ ਹਾਂ ਬੁੱਗੇ ਦੂਸਰੇ ਉਦਮ ਸਿੰਘ ਅੱਛਾ ਉਦਮ ਅਵਤਾਰ ਉਹਦਾ ਮੁੰਡਾ ਬੁੱਗ ਅਵਤਾਰ ਮੁੰਡਾ ਸੀ ਉਹਦਾ ਠੀਕ ਹੋ ਗਿਆ ਦੋ ਮੁੰਡੇ ਸੀ ਨਾਲ ਸੀ ਵੀਰ ਸਿੰਘ ਵੀਰ ਸਿੰਘ ਹੋ ਗਿਆ ਇਹਨਾਂ ਦਾ ਅੱਛਾ ਵੀਰ ਸਿੰਘ ਦਾ ਘਰ ਵੀਰ ਸਿੰਘ ਦਾ ਘਰ ਹੋ ਗਿਆ ਨਾਲ ਸੀ ਇਹਨਾਂ ਦੇ ਗਣੇਸ਼ਾ ਸਿੰਘ ਦਾ ਘਰ ਗਣੇਸ਼ਾ ਸਿੰਘ ਨਾਲ ਹੁੰਦਾ ਸੀ ਉਹਨਾਂ ਦੇ ਸਾਹਮਣੇ ਵੀਰ ਸਿੰਘ ਦਾ ਨਾਂ ਅੱਛਾ ਵੀਰ ਸਿੰਘ ਦਾ ਇਹ ਰੂੜ ਸਿੰਘ ਕੇ ਉਹ ਵੀਰ ਸਿੰਘ ਕੇ ਸਹੀ ਹੋ ਗਿਆ ਨਾਲ ਦੂਸਰਾ ਬਿਕਰ ਕਰਤਾਰ ਸਿੰਘ ਦੂਸਰਾ ਬਿਕਰ ਸਿੰਘ ਬਿਕਰ ਸਿੰਘ ਹੋ ਗਿਆ ਬਿਕਰ ਸਿੰਘ ਹੋ ਗਿਆ ਜਵਾਲਾ ਸਿੰਘ ਹੋ ਗਿਆ ਜਵਾਲਾ ਸਿੰਘ ਠਾਕੁਰ ਸਿੰਘ ਹੋ ਗਿਆ ਠਾਕੁਰ ਸਿੰਘ ਹੋ ਗਿਆ ਦੂਸਰੇ ਸਮਰਾਵਾਂ ਦੇ ਸੀਗੇ ਉਹਦਾ ਨਾਂ ਭੁੱਲ ਗਿਆ ਮੰਗਲ ਸਿੰਘ ਮੰਗਲ ਸਿੰਘ ਅੱਛਾ ਪਿੰਡ 'ਚ ਦੋ ਪਤੀਆਂ ਸੀਗੀ ਦੋ ਪਤੀਆਂ ਸੀ ਇੱਕ ਸਮਰਾਵਾਂ ਦੇ ਸੀ ਇੱਕ ਜੰਡਿਆਲੇ ਦੇ ਸੀ ਅੱਛਾ ਸਹੀ ਹੋ ਗਿਆ ਮਤਲਬ ਦੋ ਦੋ ਪਿੰਡਾਂ ਦੇ ਲੋਕਾਂ ਨੇ ਪਿੰਡ ਵਸਾਇਆ ਸੀ ਵਸਾਇਆ ਸੀ ਦਰਮੇ ਜ਼ਖੂਰ ਸੀ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੋ ਗਿਆ ਪੱਤੀਆਂ ਬੱਕਰੀਆਂ ਬੱਕਰੀਆਂ ਵੱਖਰੀਆਂ ਵੱਖਰੀਆਂ ਪੱਤੀਆਂ ਸੀ ਅੱਛਾ ਪਿੰਡ ਦਾ ਨੰਬਰਦਾਰ ਦਾ ਨਾਮ ਯਾਦ ਆ ਮੈਂ ਤੁਹਾਨੂੰ ਦੱਸਿਆ ਬਿਕਰ ਸਿੰਘ ਬਿਕਰ ਸਿੰਘ ਠੀਕ ਹੋ ਉਧਰ ਸੀ ਚੰਨਣ ਸਿੰਘ ਚੰਨਣ ਬਾਬਾ ਤੁਹਾਨੂੰ ਤਾਂ ਸਾਰੇ ਨਾਂ ਹੈ ਜਿਵੇਂ ਤਖਤੀ 'ਤੇ ਲਿਖੇ ਯਾਦ ਆ ਬੜੇ ਦੇਖੇ ਭਗਤ ਸਿੰਘ ਦੇ ਭਗਤ ਸਿੰਘ ਉਹ ਬੜਾ ਮਾਹੌਲ ਹੋਣਾ ਤਕਰੀਰਾਂ ਕਰਨੀਆਂ ਬੇਬਹਾਲ ਅੱਛਾ ਭਗਤ ਸਿੰਘ ਦੇ ਜੋ ਸਿੱਖ ਜੋ ਸਭ ਆਪਣੇ ਆਪਣੀ ਬੋਲੀਆਂ ਬੋਲਣੀਆਂ ਅੱਛਾ ਦੇ ਖਿਲਾਫ ਕਿਹੜੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਗੋਰਿਆਂ ਦੇ ਖਿਲਾਫ ਬੋਲਣਾ ਦੇ ਖਿਲਾਫ ਸਹੀ 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 ਕਬੱਡੀਆਂ ਇੱਥੇ ਹੋਣੀਆਂ ਅੱਛਾ ਕੁਸ਼ਤੀਆਂ ਉੱਥੇ ਹੋਣੀਆਂ ਬੜਾ ਮੇਲਾ ਪਾਰਾ ਹੋਣਾ ਅੱਛਾ ਲੰਗਰ ਦੇ ਲੰਗਰ ਚੱਲਣ ਡਿਆ ਆ ਲੰਗਰ ਦੇ ਲੰਗਰ ਚੱਲਣ ਡਿਆ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਾ ਕੁਛ ਸਿੱਖ ਦਾ ਪਤਾ ਸੀ ਨਾ ਕੁਛ ਚੂੜੇ ਦਾ ਪਤਾ ਸੀ ਨਾ ਕੁਛ ਮਿਆਰ ਦਾ ਪਤਾ ਸੀ ਨਾ ਕੋਈ ਮੁਸਲਮਾਨ ਦਾ ਮੁਸਲਮਾਨ ਦਾ ਸਭ ਰਲ ਮਿਲ ਕੇ ਤੁਰੇ ਫਿਰ ਪੰਜਾਬੀ ਸੀਗੇ ਸਾਰੇ ਪੰਜਾਬੀ ਸੀ ਆਹੋ ਸਹੀ ਸਹੀ ਅੱਛਾ ਬਜ਼ੁਰਗੋ ਪਿੰਡ ਦੇ ਉਸ ਵੇਲੇ ਦਾ ਕੀ ਮਾਹੌਲ ਸੀ ਜਦੋਂ ਇੰਨਾ ਖੂਬਸੂਰਤ ਪਿੰਡ ਇੰਨਾ ਸੋਹਣਾ ਪਿੰਡ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਉਹ ਆਪ ਗਏ ਮਤਲਬ ਜਾਂ ਉਹਨਾਂ ਨੂੰ ਉਠਾ ਦਿੱਤਾ ਗਿਆ ਉਠਾਇਆ ਕਿਸੇ ਨੇ ਉਠਾਇਆ ਕਿਸੇ ਨੇ ਮੰਨਣੀ ਪੈ ਗਈ ਮੰਨਣੀ ਪੈਂਦੀ ਆ ਹਕੂਮਤ ਦਾ ਜਿਸ ਰੱਦੋ ਬਦਲ ਹੋ ਜਾਏ ਨਾ ਮੰਨਣੀ ਪੈਂਦੀ ਆ ਸਹੀ ਦੇ ਕਦਰੋਂ ਗਾਰ ਤਾਂ ਹੋ ਜਾਂਦੀ ਆ ਉੱਠਣ ਲੱਗੇ ਕਦਰੋਂ ਗਾਰ ਤਾਂ ਬਥੇਰੀਆਂ ਹੋਈਆਂ ਉੱਧਰ ਇੱਧਰ ਵੀ ਹੋਈਆਂ ਉੱਧਰ ਵੀ ਹੋਈਆਂ ਮਗਰ ਦੂਸਰਾ ਕਹਿੰਦੇ ਇੱਥੋਂ ਅਮਨ ਨਹੀਂ ਗਏ ਤੁਹਾਡੇ ਪਿੰਡ ਤੋਂ ਅਮਨ ਨਾਲ ਗਏ ਅਮਨ ਨਾਲ ਗਏ ਲੇਕਿਨ ਬਜ਼ੁਰਗੋ ਇੱਕ ਗੱਲ ਦੱਸੋ ਚਲੋ ਗਏ ਅਮਨ ਨਾਲ ਦੇਖੋ ਮਗਰ ਰੋਂਦੇ ਹੀ ਗਏ ਆ ਅੱਛਾ ਮਗਰ ਰੋਂਦੇ ਹੀ ਗਏ ਆ ਆਪਣੀ ਜ਼ਗੀਰਾਂ ਛੱਡਣੀਆਂ ਮਹੱਲ ਛੱਡਣੇ ਸਮਾਨ ਛੱਡਣਾ ਮੱਝਾਂ ਡੰਗਰ ਛੱਡਣੇ ਹਾਂ ਬੜਾ ਔਖਾ ਹੁੰਦਾ ਔਖਾ ਹੁੰਦਾ ਹੁਣ ਵੇਖੋ ਨਾ ਆਪਾਂ ਆਪਾਂ ਕਿਸ ਕਿਸ ਦੇ ਮਰੱਬੇ 'ਚ ਬੈਠੇ ਹਾਂ ਇਹ ਬੈਠੇ ਹਾਂ ਠਾਕੁਰ ਸਿੰਘ ਦੇ ਮਰੱਬੇ ਠਾਕੁਰ ਸਿੰਘ ਦੇ ਮਰੱਬੇ 'ਚ ਬੈਠੇ ਠਾਕੁਰ ਸਿੰਘ ਦੇ ਮਰੱਬੇ 'ਚ ਬੈਠੇ ਅੱਛਾ ਬਜ਼ੁਰਗੋ ਐਵੇਂ ਖਾਬ ਦੇ ਵਿੱਚ ਕਦੀ ਉਹ ਵੇਲਾ ਚਿੱਤੇ ਆ ਗਿਆ ਉਹ ਦੌਲਤ ਨਾਲ ਖੇਡਣ ਦੇ ਉਹ ਮਹਿੰਦਰ ਨਾਲ ਖੇਡਣ ਦੇ ਹਾਂਜੀ ਖੇਡਦੇ ਆ ਖਾਬਾਂ 'ਚ ਖਾਬਾਂ 'ਚ ਖੇਡ ਉਹਨਾਂ ਨੂੰ ਵੀ ਆਉਂਦੇ ਹੋਣਗੇ ਹਾਂ ਉਹਨਾਂ ਨੂੰ ਵੀ ਆਉਂਦੇ ਹੋਣਗੇ ਉਹਨਾਂ ਨੂੰ ਵੀ ਆਉਂਦੇ ਹੋਣਗੇ ਖਾਬ ਖਿਆਲ ਆਉਂਦੇ ਆ ਅੱਛਾ ਖਾਬ ਖਿਆਲ ਆਉਂਦੇ ਆ ਵੀ ਅਸੀਂ ਇਸ ਵੇਲੇ ਇੱਥੇ ਸੀਗੇ ਅਸੀਂ ਆ ਇੱਥੇ ਇੱਥੇ ਲੜਦੇ ਇੱਥੇ ਕੁਸ਼ਤੀ ਕਰਦੇ ਸੀ ਅਸੀਂ ਇੱਥੇ ਕਬੱਡੀ ਖੇਡਦੇ ਸੀ ਅੱਛਾ ਕਦੇ ਅਸੀਂ ਸਕੂਲ ਦੇ ਦੌਰ 'ਚ ਮਹਿੰਦਰ ਅਤੇ ਮੈਂ ਦੋਵੇਂ ਫਸਟ ਆਉਂਦੇ ਸੀ ਦੌੜ 'ਚ ਅੱਛਾ ਫਸਟ ਆਉਂਦੇ ਫਸਟ ਆਉਂਦੇ ਸੀ ਉਹ ਛੱਪੜ ਦਾ ਚਾਰ ਸਵੇਰੇ ਕਹਿੰਦੇ ਅਸੀਂ ਫਸਟ ਆਉਂਦੇ ਸੀ ਯਾਦਾਂ ਦੇ ਵਿੱਚ ਮਤਲਬ ਉਹ ਚਲੇ ਜਾਂਦੇ ਹੋ ਚੱਲ ਜਾਣਾ ਪੈਂਦਾ ਹੈ ਜਾਣਾ ਪੈਂਦਾ ਖਾਬ ਤੋਂ ਖਿਆਲ ਆਉਂਦੇ ਰਹਿੰਦੇ ਆ ਵੇਲਾ ਕਿਹੜਾ ਚੰਗਾ ਸੀ ਅੱਜ ਦਾ ਕਿ ਉਹ
ਹਯਾ ਦਾ ਵੇਲਾ ਉਹ ਸੀ। ਅੱਛਾ ਵੇਲਾ ਉਹ ਸਾਡੇ ਵਾਸਤੇ ਉਹ ਚੰਗਾ ਸੀ ਅੱਜ ਤੁਹਾਡੇ ਵਾਸਤੇ ਇਹ ਚੰਗਾ। ਲੇਕਿਨ ਜਿੱਦਾਂ ਤੁਸੀਂ ਦੱਸਦੇ ਹੋ ਸਾਨੂੰ ਵੀ ਲੱਗਦਾ ਕਿ ਉਹ ਵੇਲਾ ਚੰਗਾ ਸੀ। ਚੰਗਾ ਸੀ ਜਦੋਂ ਇੱਜ਼ਤਾਂ ਸਾਂਝੀਆਂ ਸਨ, ਜਦੋਂ ਮਾਂ ਧੀ ਭੈਣ ਇੱਕ ਸੀ। ਇੱਕ ਸੀ ਹਾਂ, ਉਹ ਇੱਜ਼ਤ ਬਹੁਤ ਸੋਹਣੀ ਸੀਗੀ। ਵੱਟੋ ਕੋਈ ਉਸ ਵੇਲੇ ਦੀ ਕੋਈ ਖਬਰ ਸੀ ਤੁਹਾਨੂੰ? ਸਾਨੂੰ ਜੀ ਜਿਹੜੀ ਵੱਟ ਟੋਕੇ 'ਚ ਹੋਈ ਆ ਨਾ, ਲੌਕੇ 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 ਖੁੜਨੇ ਵਾਲੇ। ਅੱਛਾ ਹਲਾਈ ਉਹਦੇ ਵਿੱਚ ਅਸੀਂ ਉੱਥੇ ਸੀ ਨਾ ਗੱਬੀਆਂ ਵਾਲੇ, ਅਸੀਂ ਨਾ ਗਏ ਨਾ ਦੇਖੇ। ਲੁੱਟਮਾਰ ਵਾਲੇ ਬੇਬਹਾ, ਜੰਗ ਵਾਧਾ ਉੱਧਰ ਬੇਬਹਾ, ਕੋਈ ਉਹ ਮਰੇ ਕੋਈ ਉਹ ਮਰੇ, ਬੇਬਹਾ ਇੱਥੇ ਦੁਨੀਆ ਮਰੀ। ਖੁੜਿਆਂ ਵਾਲੇ ਲੌਕੇ ਖੁੜਿਆਂ ਵਾਲਾ ਅਤੇ ਇੱਧਰ ਜੜ੍ਹਾਂ ਵਾਲੇ ਵੀ, ਆ ਜੜ੍ਹਾਂ ਵਾਲੇ ਵੀ ਪੁੱਲ ਦੇ ਲਾਗੇ। ਹਾਂ ਇੱਥੇ ਵੀ ਬਹੁਤ ਇੱਥੇ ਬਹੁਤ ਮਰੇ। ਖਬਰਾਂ ਤਾਂ ਆਉਂਦੀਆਂ ਸਨ ਤੁਹਾਨੂੰ? ਸਾਨੂੰ ਖਬਰਾਂ ਮਿਲ ਜਾਂਦੀਆਂ ਸੀ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਪੰਜਾਬ ਦੀ ਸਾਂਝ, ਪੰਜਾਬ ਦੇ ਰੰਗ ਔਰ ਅਨਵੰਡੇ ਪੰਜਾਬ ਦੇ ਉਹ ਕਿੱਸੇ, ਕਹਾਣੀਆਂ, ਉਹ ਦਾਸਤਾਨਾਂ, ਉਹ ਪ੍ਰੀਤ ਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਰੱਖੀ ਦੀਆਂ ਨੇ। ਔਰ ਇਹਨਾਂ ਹੀ ਗੱਲਾਂ ਨੂੰ ਲੈ ਕਰਕੇ ਅੱਜ ਅਸੀਂ ਪਹੁੰਚੇ ਹਾਂ 104 ਚੱਕ, ਜ਼ਿਲ੍ਹਾ ਲਾਇਲਪੁਰ, ਜਿਹਨੂੰ ਫੈਸਲਾਬਾਦ ਵੀ ਕਿਹਾ ਜਾਂਦਾ ਹੈ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ, ਸੋ ਆਓ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ ਕੀ ਹਾਲ ਨੇ? ਸ਼ੁਕਰ ਅਲਹਮਦੁਲਿਲਾ, ਤੁਸੀਂ ਆਪਣੇ ਹਾਲ ਸੁਣਾਓ? ਬਹੁਤ ਵਧੀਆ, ਠੀਕ ਠਾਕ ਹੋ? ਠੀਕ ਠਾਕ। ਬਾਬਾ ਜੀ ਨਾਂ ਕੀ ਤੁਹਾਡਾ? ਮੇਰਾ ਨਾਂ ਲਾਲਦੀਨ ਹੈ। ਲਾਲਦੀਨ, ਲਾਲਦੀਨ। ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਮਹਿਰਾਜਦੀਨ। ਮਹਿਰਾਜਦੀਨ, ਦਾਦਾ ਜੀ ਦਾ ਨਾਮ ਯਾਦ ਹੈ? ਹੋਰ ਸ਼ਾਹਬਦੀਨ। ਸ਼ਾਹਬਦੀਨ, ਸ਼ਾਹਬਦੀਨ। ਅੱਛਾ ਬਜ਼ੁਰਗੋ, ਨਾਨੇ ਦੇ ਨਾਨਕੇ ਆਏ ਹਾਂ। ਅੱਛਾ ਤੁਸੀਂ ਨਾਨਕੇ ਆਏ ਹੋ? ਨਾਨਕੇ ਆਏ ਹਾਂ। ਅੱਛਾ ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ, 104 ਚੱਕ ਦੇ, ਜਾਂ ਉੱਧਰੋਂ ਆਏ ਹੋ? ਇੱਧਰ ਦੇ ਵਸਿੰਦੇ ਹਾਂ। ਵਸਿੰਦੇ ਹੋ? ਵਸਿੰਦੇ। ਅਤੇ ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈਗੀ? ਇਸ ਵੇਲੇ 87 ਸਾਲ ਹੋ ਗਏ। 87 ਸਾਲ, ਯਾਨੀ ਕਿ ਜਦੋਂ ਵੰਡ ਹੋਈ ਹੈ ਤੁਸੀਂ 15 ਕੁ ਸਾਲ ਦੇ ਸੀ? 15 ਕੁ ਸਾਲ ਦੇ। ਅੱਛਾ, ਅਤੇ ਤੁਸੀਂ ਉਸ ਵੇਲੇ ਪੜ੍ਹਦੇ ਸੀ ਜਾਂ? ਪੜ੍ਹਦੇ ਸੀ। ਪੜ੍ਹਦੇ ਸੀ। ਅੱਛਾ ਆਪਾਂ ਜਿਹੜੇ ਪਿੰਡ ਬੈਠੇ ਹਾਂ, ਇਹ ਪਿੰਡ ਦਾ ਕੀ ਨਾਂ ਜੀ? 104 ਸਮਰਾਜ ਜੰਡਿਆਲਾ। ਸਮਰਾਜ ਜੰਡਿਆਲਾ, 104 ਚੱਕ। ਅੱਛਾ ਬਜ਼ੁਰਗੋ, ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? 105 ਬੰਗੇ। 105 ਬੰਗੇ, 106 ਫਰਾਲਾ। ਫਰਾਲਾ, ਅਤੇ 107 ਪਰੇ ਪਠਾਣ, ਪਠਾਣ ਵਾਲਾ। ਪਠਾਣ ਵਾਲਾ, 103 ਰਾਜੇ ਵਾਲਾ। ਰਾਜੇ ਵਾਲਾ, 163 ਹੈਗਾ ਅਕਾਲਗੜ੍ਹ। ਅਕਾਲਗੜ੍ਹ, 103 ਦੂਸਰਾ ਮੋਤੀ ਸਿੰਘ ਵਾਲਾ। ਮੋਤੀ ਸਿੰਘ ਵਾਲਾ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਇਹ ਪਿੰਡ ਹੈਗਾ, ਹਾਂਜੀ, ਇਹਦੇ ਵਿੱਚ 1947 ਤੋਂ ਪਹਿਲੇ, ਵੰਡ ਤੋਂ ਪਹਿਲੇ, ਉਜਾੜਿਆਂ ਤੋਂ ਪਹਿਲੇ ਸਿੱਖ ਰਹਿੰਦੇ ਸੀਗੇ? ਸਿੱਖ ਰਹਿੰਦੇ ਸੀ। ਕੀ ਕੀ ਨਾਂ ਸੀ ਉਹਨਾਂ ਦੇ, ਕਿਹੜੇ ਕਿਹੜੇ ਪਰਿਵਾਰ ਰਹਿੰਦੇ ਸੀ? ਪਹਿਲੇ ਤਾਂ ਸ਼ੁਰੂ ਕਰ ਲਓ, ਭੋਲਾ ਸਿੰਘ। ਭੋਲਾ ਸਿੰਘ, ਫਿਰ ਉਹਦਾ ਅਮਰ ਸਿੰਘ ਭਰਾ। ਅਮਰ ਸਿੰਘ ਉਹਦਾ ਭਰਾ ਹੋ ਗਿਆ। ਫਿਰ ਦੂਸਰਾ ਸੀ ਉਜਾਗਰ ਸਿੰਘ। ਉਜਾਗਰ ਸਿੰਘ, ਅੱਛਾ, ਜਿਹਨਾਂ ਨੂੰ ਬੁੱਗੇ ਕਹਿੰਦੇ ਸੀਗੇ? ਬੁੱਗੇ ਉਹਨਾਂ ਨੂੰ ਕਹਿੰਦੇ। ਬੁੱਗੇ ਉਧਮ ਸਿੰਘ, ਅੱਛਾ, ਅਵਤਾਰ ਉਹਦਾ ਮੁੰਡਾ, ਬੁੱਗ ਅਵਤਾਰ ਮੁੰਡਾ ਸੀ ਉਹਦਾ, ਠੀਕ ਹੋ ਗਿਆ। ਦੋ ਮੁੰਡੇ ਸੀ ਨਾਲ, ਸੀ ਵੀਰ ਸਿੰਘ। ਵੀਰ ਸਿੰਘ ਹੋ ਗਿਆ ਇਹਨਾਂ ਦਾ। ਅੱਛਾ, ਵੀਰ ਸਿੰਘ ਦਾ ਘਰ। ਵੀਰ ਸਿੰਘ ਦਾ ਘਰ ਹੋ ਗਿਆ। ਨਾਲ ਸੀ ਇਹਨਾਂ ਦੇ ਗਣੇਸ਼ਾ ਸਿੰਘ ਦਾ ਘਰ। ਗਣੇਸ਼ਾ ਸਿੰਘ ਨਾਲ ਹੁੰਦਾ ਸੀ ਉਹਨਾਂ ਦੇ ਸਾਹਮਣੇ ਵੀਰ ਸਿੰਘ ਦਾ ਨਾਂ। ਅੱਛਾ, ਵੀਰ ਸਿੰਘ ਦਾ ਇਹ ਰੋੜ ਸਿੰਘ ਕੇ ਉਹ ਵੀਰ ਸਿੰਘ ਕੇ, ਸਹੀ ਹੋ ਗਿਆ। ਨਾਲ ਦੂਸਰਾ ਬਿਕਰ ਕਰਤਾਰ ਸਿੰਘ, ਦੂਸਰਾ ਬਿਕਰ ਸਿੰਘ। ਬਿਕਰ ਸਿੰਘ ਹੋ ਗਿਆ, ਬਿਕਰ ਸਿੰਘ ਹੋ ਗਿਆ, ਜਵਾਲਾ ਸਿੰਘ ਹੋ ਗਿਆ, ਜਵਾਲਾ ਸਿੰਘ, ਠਾਕੁਰ ਸਿੰਘ ਹੋ ਗਿਆ, ਠਾਕੁਰ ਸਿੰਘ ਹੋ ਗਿਆ। ਦੂਸਰੇ ਸਮਰਾਵਾਂ ਦੇ ਸੀਗੇ, ਉਹਦਾ ਨਾਂ ਭੁੱਲ ਗਿਆ, ਮੰਗਲ ਸਿੰਘ। ਮੰਗਲ ਸਿੰਘ, ਅੱਛਾ ਪਿੰਡ 'ਚ ਦੋ ਪਤੀਆਂ ਸੀ? ਦੋ ਪਤੀਆਂ ਸੀ, ਇੱਕ ਸਮਰਾਵਾਂ ਦੇ ਸੀ, ਇੱਕ ਜੰਡਿਆਲੇ ਦੇ ਸੀ। ਅੱਛਾ, ਸਹੀ ਹੋ ਗਿਆ, ਮਤਲਬ ਦੋ ਪਿੰਡਾਂ ਦੇ ਲੋਕਾਂ ਨੇ ਪਿੰਡ ਵਸਾਇਆ ਸੀ। ਵਸਾਇਆ ਸੀ, ਦਰਮੇ ਜ਼ਖੂਰ ਸੀ। ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ। ਪੱਤੀਆਂ ਬੱਕਰੀਆਂ, ਬੱਕਰੀਆਂ ਵੱਖਰੀਆਂ ਵੱਖਰੀਆਂ ਪੱਤੀਆਂ ਸੀ। ਅੱਛਾ ਪਿੰਡ ਦਾ ਨੰਬਰਦਾਰ ਦਾ ਨਾਮ ਯਾਦ ਆ? ਮੈਂ ਤੁਹਾਨੂੰ ਦੱਸਿਆ, ਬਿਕਰ ਸਿੰਘ। ਬਿਕਰ ਸਿੰਘ, ਠੀਕ ਹੋ ਗਿਆ। ਉੱਧਰ ਸੀ ਚੰਨਣ ਸਿੰਘ। ਚੰਨਣ, ਬਾਬਾ ਤੁਹਾਨੂੰ ਤਾਂ ਸਾਰੇ ਨਾਂ ਹੈ ਜਿਵੇਂ ਤਖਤੀ 'ਤੇ ਲਿਖੇ ਯਾਦ ਆ। ਉਹ ਚੰਨਣ ਸਿੰਘ। ਅੱਛਾ ਮੁਸਲਮਾਨਾਂ ਦੇ ਘਰ ਵੀ ਹੈਗੇ ਸੀ? ਮੁਸਲਮਾਨਾਂ ਦੇ 5-7 ਘਰ ਹੈ ਸਰ। ਹੈ ਸਰ, ਅੱਛਾ ਠੀਕ ਹੋ ਗਿਆ। ਅਤੇ ਆਪਸ ਦੇ ਵਿੱਚ ਪਿਆਰ ਕਿੱਦਾਂ ਦਾ ਸੀ, ਸਿੱਖਾਂ ਦਾ, ਮੁਸਲਮਾਨਾਂ ਦਾ?
ਪਿਆਰ ਜਿਹੜਾ ਸੀ ਪਿਆਰ ਧੀ ਨੂੰ ਧੀ ਸਮਝਦੇ ਸੀਗੇ ਅੱਛਾ ਭੈਣ ਨੂੰ ਭੈਣ ਸਮਝਦੇ ਸੀ ਵਾਹ ਬੇਹਜਾਈ ਨਹੀਂ ਸੀ ਇਜ਼ਤਾਂ ਦੇ ਸਾਂਝੇ ਸੀ ਇਜ਼ਤਾਂ ਦੇ ਸਾਂਝੇ ਸੀ ਜ਼ਬਰਦਸਤ ਇੱਕ ਦਿਨ ਦਾ ਵਾਕਿਆ ਮੈਂ ਆਪਣਾ ਕਰਦਾ ਸੁਣਾਉਣਾ ਸੁਣਾਓ ਜੀ ਸਾਡੇ ਡੰਗਰਾਂ ਵਾਸਤੇ ਪੱਠੇ ਹੈ ਨਾਨੀ ਸਾਡੀ ਕਹਿੰਦੀ ਮੇਰੇ ਅੱਬੇ ਨੂੰ ਹਾਂ ਅਤੇ ਜਾ ਕੇ ਕਹਿੰਦੀ ਭੋਲਾ ਸਿੰਘ ਦੇ ਪੱਠੇ ਵੱਢ ਲਿਆਓ ਜਾ ਕੇ ਅੱਛਾ ਅਸੀਂ ਗਏ ਹਾਂ ਦੋਵੇਂ ਪੇ ਪੁੱਤ ਅੱਛਾ ਉੱਥੇ ਪਾਣੀ ਲੱਗਾ ਆ ਸਹੀ ਜਗੀਰ ਸਿੰਘ ਉਹਦੇ ਇੱਕ ਕੰਮ ਨੌਕਰ ਉਹਦਾ ਭਰਾ ਨੌਕਰ ਅਤੇ ਅੱਗੇ ਭੋਲਾ ਸਿੰਘ ਇਸ ਲਈ ਕਹਿੰਦਾ ਤੂੰ ਕਿਉਂ ਆਇਆ ਤੂੰ ਕਿਉਂ ਆਇਆ ਅੱਛਾ ਮੋਢੇ ਤੋਂ ਚਾਦਰ ਲਾਈ ਬੰਨੇ ਦੇ ਵਿਛਾਈ ਅੱਛਾ ਉੱਥੇ ਬਿਠਾਇਆ ਕਹਿੰਦਾ ਤੂੰ ਕਿਉਂ ਆਇਆ ਸੁਨੇਹਾ ਭੇਜਦਾ ਹੁਣ ਪੱਠਿਆਂ ਦੀਆਂ ਦੋ ਪੰਡਾਂ ਭੇਜੀਆਂ ਚੂੜੇ ਤੋਂ ਅੱਛਾ ਅਤੇ ਕਹਿੰਦਾ ਚੱਲ ਚੁੱਪ ਕਰਕੇ ਘਰ ਚਲੇ ਜਾ ਜਦੋਂ ਜ਼ਰੂਰਤ ਹੋਵੇ ਸੁਨੇਹਾ ਭੇਜਣਾ ਤੂੰ ਕਿਉਂ ਆਇਆ ਤੂੰ ਮੇਰਾ ਜਵਾਈ ਆ ਅੱਛਾ ਅੱਛਾ ਮਤਲਬ ਇੰਨੀ ਆਪਸ ਆਪਸ ਅੱਛਾ 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 ਪਿੰਡ ਦੇ ਵਿੱਚ ਆਪਣਾ ਗੁਰਦੁਆਰੇ ਵੀ ਹੈ ਸੀ ਗੁਰਦੁਆਰੇ ਦੋ ਸੀ ਦੋ ਸੀਗੇ ਠੀਕ ਹੋ ਗਿਆ ਇੱਕ ਸਮਰਾਵਾਂ ਦੇ ਪੱਤੀ 'ਚ ਇੱਕ ਜੰਡਿਆਲੇ ਪੱਤੀ ਠੀਕ ਹੋ ਗਿਆ ਸਹੀ ਹੋ ਗਿਆ ਅੱਛਾ ਅਤੇ ਮੁਸਲਮਾਨਾਂ ਦੇ ਘਰ ਤੁਸੀਂ ਥੋੜ੍ਹੇ ਸੀ ਬਹੁਤੇ ਸੀ ਥੋੜ੍ਹੇ ਸੀਗੇ ਥੋੜ੍ਹੇ ਸੀ ਸਹੀ ਹੋ ਗਿਆ ਅੱਛਾ ਕਦੀ 1947 ਤੋਂ ਪਹਿਲੇ ਇੰਝ ਤਾਂ ਨਹੀਂ ਹੋਇਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਆਪਸ ਦੇ ਵਿੱਚ ਜਿਹਦੇ ਨਾਲ ਨਫ਼ਰਤ ਜਿਹੜੀ ਹੈ ਉਹ ਪੈਦਾ ਹੋਈ ਹੋਵੇ ਸਿੱਖਾਂ ਦੀ ਮੁਸਲਮਾਨਾਂ ਦੀ ਕੋਈ ਇਹੋ ਜਿਹੀ ਗੱਲਬਾਤ ਆਪਸ ਵਿੱਚ ਸ਼ਰੀਕੇ ਤਾਂ ਇਹਨਾਂ ਦੇ ਹੁੰਦੇ ਸੀਗੇ ਅੱਛਾ ਆਪਸ ਵਿੱਚ ਤਾਂ ਇਹਨਾਂ ਦਾ ਸ਼ਰੀਕਾ ਬਰਾਦਰੀ ਦਾ ਹੁੰਦਾ ਹੀ ਸੀ ਆਹੋ ਚੰਨਣ ਸਿੰਘ ਹੋ ਗਿਆ ਦੂਸਰਾ ਉਹਦੀ ਬਾਂਹ ਕੇ ਕੱਟੀ ਗਈ ਲਾਡੋਂ ਨਾ ਹਟਿਆ ਅੱਛਾ ਨਹੀਂ ਤੁਹਾਡੇ ਨਾਲ ਤਾਂ ਕਦੀ ਨਹੀਂ ਸਾਡੇ ਨਾਲ ਕਿਸੇ ਅੱਛਾ ਮਤਲਬ ਵਧੀਆ ਆਪਸ 'ਚ ਵਸੇ ਬੜਾ ਪਿਆਰ ਪਿਆਰ ਸੀ ਸਹੀ ਹੋ ਗਿਆ ਸਹੀ ਹੋ ਗਿਆ ਅੱਛਾ ਜਦੋਂ ਫਿਰ ਇਹ ਲੋਕ 47 ਵਿੱਚ ਇੱਥੋਂ ਉੱਠੇ ਨੇ ਸਾਨੂੰ 9 ਦਿਨ ਪਹਿਲੇ ਸਾਰਿਆਂ ਨੇ ਕਿਹਾ ਇੱਥੇ ਆਉਣੀ ਆ ਜੋ ਖੁੱਲਿਆਂ ਤੋਂ ਜਾ ਜੀ ਆਉਣੇ ਆ ਆਹ ਪਿੰਡ ਫਲਾ ਹੀ ਆ ਗਿਆ ਦੂਸਰਾ ਆ ਗਿਆ ਸਾਰੇ ਪਿੰਡ ਆਉਣੇ ਇਕੱਠੇ ਹੋ ਕੇ ਇੱਥੇ ਸਾਡੇ ਕੋਲ ਆਉਣੇ ਆ ਤੁਹਾਡੇ ਕੋਲ ਆਉਣੇ ਸਾਡੇ ਇਸ ਪਿੰਡ 'ਚ ਆਉਣੇ ਸਮਰਾਜ ਜੰਡਿਆਲੇ 'ਚ ਸਮਰਾਜ ਜੰਡਿਆਲੇ 'ਚ ਆਉਣੇ ਤੁਸੀਂ ਕਰੋ ਜਾਂ ਗੱਬੀਆਂ ਵਾਲੇ ਚਲੇ ਜਾਓ ਜਾਂ ਰਾਜੇ ਵਾਲੇ ਚਲੇ ਜਾਓ ਜਾਂ ਬਾਹਰ ਚਲੇ ਜਾਓ ਜਿਹੜੇ ਮੁਸਲਮਾਨ ਜਿਹੜੇ ਮੁਸਲਮਾਨ ਦੇ ਘਰ ਠੀਕ ਹੋ ਗਿਆ ਆਪਣੇ ਉਹਨਾਂ ਨੇ ਗੱਡੇ ਦਿੱਤੇ ਆਪਣੇ ਅਸੀਂ ਲੈ ਕੇ ਚਲੇ ਗਏ ਚਲੇ ਗਏ ਤਾਲੇ ਆਪਣੇ ਘਰਾਂ ਨੂੰ ਤਾਲੇ ਮਾਰ ਗਏ ਸਹੀ ਉਹਨਾਂ ਨੂੰ ਕਿਉਂ ਸਾਨੂੰ ਕਿਉਂ ਭੇਜਿਆ ਕਹਿੰਦੇ ਸ਼ਾਇਦ ਕੋਈ ਐਸਾ ਕੋਈ ਉਂਗਲੀ ਕਰ ਦੇ ਧੀ ਭੈਣ ਨੂੰ ਉਂਗਲ ਕਰ ਦੇ ਅਸੀਂ ਮਰ ਜਾਣਾ ਆਪਸ ਮੇ ਇੱਥੇ ਸਹੀ ਅਤੇ ਤੁਸੀਂ ਬਿਹਤਰ ਆ ਆਪਣੀ ਇੱਜ਼ਤਾਂ ਆਪ ਲੈ ਜਾਓ ਅਸੀਂ ਆਪਣੀ ਇੱਜ਼ਤਾਂ ਸਾਂਭ ਕੇ ਅਸੀਂ ਗਾਂ ਤੁਰ ਜਾਣਾ ਸਹੀ 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 ਅੱਛਾ ਬਜ਼ੁਰਗੋ ਤੁਸੀਂ ਉਸ ਵੇਲੇ 15 ਸਾਲ ਦੇ ਸੀ ਤੁਸੀਂ ਕੀ ਕਰਦੇ ਸੀ ਪੜ੍ਹਦੇ ਸੀ ਪੜ੍ਹਦੇ ਸੀ ਅੱਛਾ ਤੁਹਾਡੇ ਨਾਲ ਕੋਈ ਮੁੰਡੇ ਪੜ੍ਹਦੇ ਸੀ ਸਿੱਖਾਂ ਦੇ ਬਾਅਦ ਪੜ੍ਹਦਾ ਸੀ ਵੀਰ ਸਿੰਘ ਦਾ ਪੋਤਰਾ ਸੀ ਅੱਛਾ ਮਿੰਦਰ ਸੀ ਅੱਛਾ ਮਿੰਦਰ ਸੀ ਅੱਛਾ ਇੱਕ ਹਰੀ ਸਿੰਘ ਦਾ ਮੁੰਡਾ ਸੀ ਹਰੀ ਸਿੰਘ ਦਾ ਮੁੰਡਾ ਉਹਨੇ ਦੌਲਤ ਸਿੰਘ ਸਹੀ ਇੱਕ ਬਲਦੇਵ ਸੀ ਅੱਛਾ ਉਹ ਪੜ੍ਹਦੇ ਸੀ ਇਹ ਤੁਸੀਂ ਸਾਰੇ ਮੁੰਡੇ ਪੜ੍ਹਦੇ ਸੀ ਅਸੀਂ ਪੜ੍ਹਦੇ ਸੀ ਅਤੇ ਸਕੂਲ ਦਾ ਜਿਹੜਾ ਉਸਤਾਦ ਸੀ ਉਸਤਾਦ ਸੀ ਸਾਡੇ ਕੋਲ ਚਾਂਜੀ ਰਾਮ ਅੱਛਾ ਮਤਲਬ ਇੱਥੇ ਹਿੰਦੂਆਂ ਦੇ ਘਰ ਵੀ ਹੈ ਹਿੰਦੂਆਂ ਦੇ ਵੀ ਘਰ ਹੈ ਹਿੰਦੂ ਸੀ ਬ੍ਰਾਹਮਣ ਵੀ ਸੀ ਖੱਤਰੀ ਵੀ ਸੀ ਅੱਛਾ 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 ਉਸ ਵੇਲੇ ਤਾਂ ਬੜਾ ਸੋਹਣਾ ਪਿੰਡ ਹੋਣਾ ਇਹ ਇਨਾਮ ਮਿਲਦਾ ਸੀ ਅੱਛਾ ਇਸ ਪਿੰਡੋਂ ਇਨਾਮ ਮਿਲਦਾ ਸੀ ਅੱਛਾ ਅੱਛਾ ਚਾਰ ਚੁਫੇਰੇ ਬੋਹੜ ਪਿੱਪਲ ਦਰਖਤ ਨਿੰਮਾਂ ਸਾਰੀਆਂ ਇੱਕ ਜਗ੍ਹਾ ਦਾ ਪਾਣੀ ਛੱਡਣਾ ਸਾਰੇ ਦਰਖਤਾਂ ਨੂੰ ਲੱਗਣਾ ਅੱਜ ਵੀ ਵੇਖੋ ਮੈਂ ਬਹੁਤ ਘੱਟ ਪਿੰਡਾਂ 'ਚ ਵੇਖਿਆ ਕਿ ਅੰਬਾਂ ਦੇ ਬੂਟੇ ਲੱਗੇ ਹੋਣ ਆਪਾਂ ਐਂ ਪੂਰਾ ਬਾਗ ਅੰਬਾਂ ਦਾ ਅਤੇ ਆਪਾਂ ਅੰਬਾਂ ਦੇ ਬੂਟੇ ਥੱਲੇ ਬੈਠੇ ਆ ਸਹੀ ਬੇਹਿਸਾਬ ਨਿੰਮ ਸੀਗੀ ਹਰ ਬੂਹੇ ਅੱਗੇ ਇਹਨਾਂ ਨੇ ਆਪਣੀਆਂ ਬੈਠਕਾਂ ਅੱਗੇ ਤਖ਼ਤ ਪੋਚ ਬੈਠਾ ਹੋਣਾ ਭੋਲਾ ਸਿੰਘ ਨੇ ਅੱਛਾ ਅਤੇ ਅੱਲਾਹ ਦਾ ਰਹਿਮ ਸੀ ਚੰਗਾ ਸੀਗਾ ਪਤਾ ਨਹੀਂ ਉਹ ਜਿੱਦਣ ਉਜਾੜਾ ਪੈਣਾ ਸੀ 10-2 ਮਹੀਨੇ ਪਹਿਲੇ ਘਰੋਂ ਨਿਕਲ ਗਿਆ ਅੱਛਾ ਉਹ ਪਹਿਲੇ ਹੀ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਸਹੀ ਅੱਛਾ ਬਜ਼ੁਰਗੋ ਜਿਵੇਂ ਹੁਣ ਈਦ ਆ ਰਹੀ ਹੈ ਹਾਂਜੀ ਈਦਾਂ 'ਤੇ ਸ਼ਬਰਾਤਾਂ 'ਤੇ ਜਾਂ ਵਿਸਾਖੀ 'ਤੇ ਇਕੱਠੇ ਹੋਣਾ ਸਾਰੇ ਈਦਾਂ ਸ਼ਬਰਾਤਾਂ ਸਭ ਇਕੱਠੀਆਂ ਅੱਛਾ ਈਦਾਂ ਸ਼ਬਰਾਤਾਂ ਸਭ ਇਕੱਠੀਆਂ ਹੋਣੀਆਂ ਜਿਸ ਵੇਲੇ ਵੱਡੀ ਈਦ ਹੋਣੀ ਕਿ ਨਹੀਂ ਅੱਛਾ ਸਾਡੇ ਘਰਾਂ 'ਚ ਤੈਨੂੰ ਪਤਾ ਗੋਸ਼ਤ ਪੱਕਦੇ ਹੁੰਦੇ ਸੀ ਅੱਲਾ ਜਿਹੜਾ ਹਾਂਡੀਆਂ ਚੁੱਕ ਕੇ ਲੈ ਜਾਂਦੇ ਸੀ ਪੱਕੀ ਪਕਾਈ ਮਤਲਬ ਇਹ ਕੋਈ ਗੱਲ ਨਹੀਂ ਸੀਗੀ ਸਹੀ ਜ਼ਬਰਦਸਤ
ਠੀਕ ਹੋ ਗਿਆ। ਇੱਦਾਂ ਦਾ ਇਤਫਾਕ ਅਤੇ ਰਸੋਕ ਆਪਸ ਵਿੱਚ ਜਿੱਦਾਂ ਫਸੇ ਰਹਿਣ, ਹਾਂ ਫਸੇ ਰਹਿਣ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਛਾ ਤੁਹਾਡੇ ਲਾਗੇ ਹੀ ਬੰਗੇ ਹੈਗਾ, ਬੰਗੇ ਹੈ ਭਗਤ ਸਿੰਘ ਦਾ ਪਿੰਡ, ਇੱਥੇ ਵੀ ਕੋਈ ਉਸ ਵੇਲੇ ਕੋਈ ਮੇਲਾ ਮੂਲਾ ਵੇਖਿਆ ਸੀ? ਮੇਲੇ ਬੜੇ ਦੇਖੇ ਭਗਤ ਸਿੰਘ ਦੇ, ਭਗਤ ਸਿੰਘ ਬੜਾ ਮਾਹੌਲ ਹੋਣਾ, ਤਕਰੀਰਾਂ ਕਰਨੀਆਂ ਬੇਬਹਾਲ। ਅੱਛਾ ਭਗਤ ਸਿੰਘ ਦੇ ਜੋ ਸਿੱਖ ਜੋ ਸਭ ਆਪਣੇ ਆਪਣੀ ਬੋਲੀਆਂ ਬੋਲਣੀਆਂ। ਅੱਛਾ ਦੇ ਖਿਲਾਫ ਕਿਹੜੇ? ਉਹਨਾਂ ਦੇ, ਉਹਨਾਂ ਦੇ, ਉਹਨਾਂ ਦੇ ਗੋਰਿਆਂ ਦੇ ਖਿਲਾਫ ਬੋਲਣਾ ਦੇ ਖਿਲਾਫ। ਸਹੀ ਸਹੀ ਸਹੀ। ਕਬੱਡੀਆਂ ਇੱਥੇ ਹੋਣੀਆਂ, ਅੱਛਾ ਕੁਸ਼ਤੀਆਂ ਉੱਥੇ ਹੋਣੀਆਂ, ਬੜਾ ਮੇਲਾ ਪਾਰਾ ਹੋਣਾ। ਅੱਛਾ ਲੰਗਰ ਦੇ ਲੰਗਰ ਚੱਲਣ ਡਿਆ, ਲੰਗਰ ਦੇ ਲੰਗਰ ਚੱਲਣ ਡਿਆ, ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ, ਨਾ ਕੋਈ ਸਿੱਖ ਦਾ ਪਤਾ ਸੀ, ਨਾ ਕੋਈ ਚੂੜੇ ਦਾ ਪਤਾ ਸੀ, ਨਾ ਕੋਈ ਚਮਿਆਰ ਦਾ ਪਤਾ ਸੀ, ਨਾ ਕੋਈ ਮੁਸਲਮਾਨ ਦਾ, ਮੁਸਲਮਾਨ ਦਾ ਸਭ ਰਲ ਮਿਲ ਕੇ ਤੁਰੇ ਫਿਰ, ਪੰਜਾਬੀ ਸੀਗੇ ਸਾਰੇ, ਪੰਜਾਬੀ ਸੀ। ਆਹੋ ਸਹੀ ਸਹੀ। ਇਹ ਹੁਣ ਦੂਸਰੇ ਉੱਥੋਂ ਆਏ ਆ ਇੰਡੀਆ ਚੋਂ, ਯਾਨੀ ਕਿ ਜੰਡਿਆਲੇ ਚੋਂ ਆਏ ਆ, ਇੰਡੀਆ ਦਾ ਜੰਡਿਆਲਾ ਉੱਥੋਂ ਆਇਆ, ਕੋਈ ਸਮਰਾਵਾਂ ਚੋਂ ਆਏ ਆ, ਅੱਜ ਉਹ ਇਹ ਉੱਥੇ ਪਹੁੰਚੇ ਹੀ ਨਹੀਂ। ਸਹੀ, ਅੱਜ ਇਹ ਉੱਥੇ ਪਹੁੰਚੇ ਹੀ ਨਹੀਂ। ਅੱਛਾ ਬਜ਼ੁਰਗੋ, ਪਿੰਡ ਦੇ ਉਸ ਵੇਲੇ ਦਾ ਕੀ ਮਾਹੌਲ ਸੀ ਜਦੋਂ ਇੰਨਾ ਖੂਬਸੂਰਤ ਪਿੰਡ, ਇੰਨਾ ਸੋਹਣਾ ਪਿੰਡ ਉਹਨਾਂ ਨੂੰ ਛੱਡ ਕੇ ਜਾਣਾ ਪਿਆ? ਉਹ ਆਪ ਗਏ ਮਤਲਬ, ਜਾਂ ਉਹਨਾਂ ਨੂੰ ਉਠਾ ਦਿੱਤਾ ਗਿਆ? ਉਠਾਇਆ ਕਿਸੇ ਨੇ, ਉਠਾਇਆ ਕਿਸੇ ਨੇ, ਮੰਨਣੀ ਪੈ ਗਈ, ਮੰਨਣੀ ਪੈ, ਮੰਨਣੀ ਪੈਂਦੀ ਆ ਹਕੂਮਤ ਦਾ ਜਿਸ ਰੱਦੋ ਬਦਲ ਹੋ ਜਾਏ ਨਾ, ਮੰਨਣੀ ਪੈਂਦੀ ਆ। ਸਹੀ, ਨਹੀਂ ਕਦਰੋਗਾਰਤ ਹੋ ਜਾਂਦੀ ਆ, ਉੱਠਣ ਲੱਗੇ ਕਦਰੋਗਾਰਤ ਬਥੇਰੀਆਂ ਹੋਈਆਂ, ਉੱਧਰ ਇੱਧਰ ਵੀ ਹੋਈਆਂ, ਉੱਧਰ ਵੀ ਹੋਈਆਂ, ਮਗਰ ਦੂਸਰਾ ਕਹਿੰਦੇ ਇੱਥੋਂ ਅਮਨ ਨਹੀਂ ਗਏ। ਤੁਹਾਡੇ ਪਿੰਡ ਤੋਂ ਅਮਨ ਨਾਲ ਗਏ? ਅਮਨ ਨਾਲ ਗਏ। ਲੇਕਿਨ ਬਜ਼ੁਰਗੋ ਇੱਕ ਗੱਲ ਦੱਸੋ, ਚਲੋ ਗਏ ਅਮਨ ਨਾਲ, ਹਾਂ ਵੇਖੋ, ਮਗਰ ਰੋਂਦੇ ਹੀ ਗਏ ਆ। ਅੱਛਾ, ਮਗਰ ਰੋਂਦੇ ਹੀ ਗਏ ਆ, ਆਪਣੀ ਜਗੀਰਾਂ ਛੱਡਣੀਆਂ, ਮਹਾਲੇ ਛੱਡਣੇ, ਸਮਾਨ ਛੱਡਣਾ, ਮੱਝਾਂ ਡੰਗਰ ਛੱਡਣੇ, ਹਾਂ ਬੜਾ ਔਖਾ ਹੁੰਦਾ, ਔਖਾ ਹੁੰਦਾ। ਹੁਣ ਵੇਖੋ ਨਾ, ਆਪਾਂ ਆਪਾਂ ਕਿਸ ਕਿਸ ਦੇ ਮਰੱਬੇ 'ਚ ਬੈਠੇ ਹਾਂ? ਇਹ ਬੈਠੇ ਹਾਂ ਠਾਕੁਰ ਸਿੰਘ ਦੇ ਮਰੱਬੇ, ਠਾਕੁਰ ਸਿੰਘ ਦੇ ਮਰੱਬੇ 'ਚ ਬੈਠੇ, ਠਾਕੁਰ ਸਿੰਘ ਦੇ ਮਰੱਬੇ 'ਚ ਬੈਠੇ। ਸਹੀ, ਇਹਦੇ ਨਾਲ ਨਾਲ ਕਿਹਦੇ ਕਿਹਦੇ ਮਰੱਬੇ ਸੀ? ਬਿੱਕਰ ਸਿੰਘ ਦਾ, ਬਿੱਕਰ ਸਿੰਘ ਦਾ ਇਹਦੇ ਨਾਲ ਵਾਲਾ ਮਰੱਬਾ ਚੱਲਣ, ਥ੍ਰੈਸ਼ਰ ਲੱਗੀ ਹੋਈ। ਅੱਛਾ, ਅਗਲਾ ਗਣੇਸ਼ਾ ਸਿੰਘ ਦਾ, ਗਣੇਸ਼ਾ ਸਿੰਘ ਦਾ। ਅੱਛਾ, ਅੱਗੇ ਆ ਦੂਸਰਾ ਅਰੂੜ ਸਿੰਘ ਦਾ, ਅਰੂੜ ਸਿੰਘ ਦਾ ਮਰੱਬਾ ਹੋ ਗਿਆ। ਅੱਛਾ, ਪਹਿਲੇ ਮਰੱਬੇ ਜਾ ਕੇ ਬੁੱਗਿਆਂ ਦਾ ਬੋਲਦੇ ਸੀਗੇ, ਬੁੱਗਿਆਂ ਦਾ ਜਿੱਥੋਂ ਆਪਾਂ ਥੱਲੇ ਆਏ, ਥੱਲੇ ਆ ਬੁੱਗਿਆਂ ਦਾ। ਸਹੀ ਸਹੀ ਸਹੀ। ਉਦੋਂ ਅਗਲੇ ਪਾਸੇ ਬਥੇਰੇ ਨਾਂ ਆ, ਸਾਰੇ ਸਿੱਖਾਂ ਦੇ ਵੱਡਿਆਂ ਦੇ ਤਾਂ ਨਾਂ ਆਉਂਦੇ ਆ। ਅੱਛਾ, ਗਾਂ ਔਲਾਦਾਂ ਗਾਂ ਵੱਧ ਗਈਆਂ। ਹਾਂ ਸਹੀ ਸਹੀ। ਅੱਜ ਜਿਹੜੇ ਦੌਲਤ ਹੁਣ ਸਾਨੂੰ ਦੇਖਦਾ, ਨਾ ਸਾਨੂੰ ਪਛਾਣ ਸਕਦਾ, ਨਾ ਅਸੀਂ ਉਹਨੂੰ ਪਛਾਣ ਸਕਦਾ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਐਂ ਜੀ ਜਿਵੇਂ ਬੈਠੇ ਹਾਂ, ਬੈਠੇ ਹਾਂ ਐਂ ਜਿਵੇਂ ਤੁਸੀਂ ਕਦੀ ਕਦੀ ਖਿਆਲਾਂ ਦੇ ਵਿੱਚ ਉਹ ਦੌਰ ਦੇ ਵਿੱਚ ਚੱਲ ਜਾਂਦੇ ਹੋ। ਖਾਬ ਖਿਆਲ ਆਉਂਦੇ ਆ। ਅੱਛਾ, ਖਾਬ ਖਿਆਲ ਆਉਂਦੇ ਆ ਵੀ ਅਸੀਂ ਇਸ ਵੇਲੇ ਇੱਥੇ ਸੀਗੇ, ਅਸੀਂ ਆ ਇੱਥੇ ਇੱਥੇ ਲੜਦੇ, ਇੱਥੇ ਕੁਸ਼ਤੀ ਕਰਦੇ ਸੀ, ਅਸੀਂ ਇੱਥੇ ਕਬੱਡੀ ਖੇਡਦੇ ਸੀ। ਅੱਛਾ, ਕਦੀ ਅਸੀਂ ਸਕੂਲ ਦੇ ਦੌਰ 'ਚ ਮਹਿੰਦਰ ਅਤੇ ਮੈਂ ਦੋਵੇਂ ਫਸਟ ਆਉਂਦੇ ਸੀ ਦੌੜ 'ਚ। ਅੱਛਾ, ਫਸਟ ਆਉਂਦੇ, ਫਸਟ ਆਉਂਦੇ ਸੀ ਛੱਪੜ ਦਾ ਚਾਰ ਸਵੇਰੇ, ਕਹਿੰਦੇ ਅਸੀਂ ਫਸਟ ਆਉਂਦੇ ਸੀ। ਅਤੇ ਮਗਰ ਇੱਕ ਸ਼ਫੀ ਹੁੰਦਾ ਸੀ ਇੱਥੋਂ ਗੱਬੀਆਂ ਵਾਲੇ ਦਾ ਮਾਸਟਰ। ਅੱਛਾ, ਉਹ ਸਾਨੂੰ ਪੜ੍ਹਾਉਂਦਾ। ਸਹੀ, ਸ਼ਫੀ, ਸ਼ਫੀ, ਸਹੀ। ਅੱਛਾ, ਯਾਦਾਂ ਦੇ ਵਿੱਚ ਮਤਲਬ ਉਹ ਚਲੇ ਜਾਂਦੇ ਹੋ? ਚਲ ਚਲ ਜਾਣਾ ਪੈਂਦਾ, ਜਾਣਾ ਪੈਂਦਾ, ਖਾਬ ਤੋਂ ਖਿਆਲ ਆਉਂਦੇ ਰਹਿੰਦੇ ਆ। ਵੇਲਾ ਕਿਹੜਾ ਚੰਗਾ ਸੀ ਅੱਜ ਦਾ ਕਿ ਉਹ ਹਯਾ ਦਾ ਵੇਲਾ ਉਹ ਸੀ? ਅੱਛਾ, ਵੇਲਾ ਉਹ ਸਾਡੇ ਵਾਸਤੇ ਉਹ ਚੰਗਾ ਸੀ, ਅੱਜ ਤੁਹਾਡੇ ਵਾਸਤੇ ਇਹ ਚੰਗਾ। ਲੇਕਿਨ ਜਿੱਦਾਂ ਤੁਸੀਂ ਦੱਸਦੇ ਹੋ, ਸਾਨੂੰ ਵੀ ਲੱਗਦਾ ਕਿ ਉਹ ਵੇਲਾ ਚੰਗਾ ਸੀ, ਚੰਗਾ ਸੀ, ਜਦੋਂ ਇੱਜ਼ਤਾਂ ਸਾਂਝੀਆਂ ਸਨ, ਜਦੋਂ ਮਾਂ ਧੀ ਭੈਣ ਇੱਕ ਸੀ, ਇੱਕ ਸੀ, ਹਾਂ ਉਹ ਇੱਜ਼ਤ ਬਹੁਤ ਸੋਹਣੀ ਸੀਗੀ। ਕਿਸੇ ਦੇਖਿਆ ਨਾ ਹੁਣ ਚਾਰ ਸਵੇਰੇ ਪਿੰਡ ਦੇ, ਇੱਧਰ ਵੀ ਛੱਡਿਆ ਬਕਾਇਆ, ਉੱਧਰ ਵੀ ਛੱਡਿਆ ਬਕਾਇਆ, ਕਿਸੇ ਜ਼ਰੂਰਤ ਨਹੀਂ ਸੀ ਜੇ ਜਨਾਨੀ ਕਿਸੇ ਨੇ ਦੁਪਹਿਰ ਨੂੰ ਜਾਣਾ ਪਿਸ਼ਾਬ ਕਰਨ ਵਾਸਤੇ, ਉੱਧਰ ਨਿਕਲਣਾ, ਉੱਧਰ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਸੀ ਕੋਈ ਜਾਣ ਦੀ। ਅੱਛਾ, ਬੰਦਿਆਂ ਦੇ ਰਾਹ ਸੀ ਡੰਡੀਆਂ ਸਿੱਧੀਆਂ, ਇਹਨਾਂ ਦੇ ਸੀ ਕਰੀਰ, ਇੱਧਰ ਵੀ ਝਾੜੀਆਂ, ਇੱਧਰ ਵੀ ਝਾੜੀਆਂ, ਇੰਨਾ ਅਦਬ ਸੀ, ਅਦਬ ਸੀ।
ਅੱਜ ਤੇ ਦੌਰ ਹੀ ਹੋ ਰਿਹਾ ਅੱਜ ਦੌਰ ਹੋ ਰਿਹਾ ਅੱਛਾ ਬਜ਼ੁਰਗੋ ਐਵੇਂ ਖਾਬ ਦੇ ਵਿੱਚ ਕਦੀ ਉਹ ਵੇਲਾ ਚਿੱਤੇ ਆ ਗਿਆ ਉਹ ਦੌਲਤ ਨਾਲ ਖੇਡਣ ਦੇ ਹੋ ਮਹਿੰਦਰ ਨਾਲ ਖੇਡਣ ਦੇ ਹੋ ਹਾਂਜੀ ਖੇਡਦੇ ਹਾਂ ਖਾਬਾਂ 'ਚ ਖਾਬਾਂ 'ਚ ਖੇਡ ਉਹਨਾਂ ਨੂੰ ਵੀ ਆਉਂਦੇ ਹੋਣਗੇ ਹਾਂ ਉਹਨਾਂ ਨੂੰ ਵੀ ਆਉਂਦੇ ਹੋਣਗੇ ਉਹਨਾਂ ਨੂੰ ਵੀ ਆਉਂਦੇ ਹੋਣਗੇ ਇੱਥੇ ਜਿਹੜਾ ਖਲੀਫਾ ਤੇਲੀ ਸੀ ਖਲੀਫਾ ਤੇਲੀ ਉਹਦਾ ਵੱਡਾ ਮੁੰਡਾ ਸੀ ਜਲਾਲ ਅਸਮੇਲ ਖੁਸ਼ੀਆ ਅਜੀਜ਼ ਇਹ ਜਿਸ ਵੇਲੇ ਫੌਜੀਆਂ ਹੋਣੀਆਂ ਨਾ ਜਿਸ ਵੇਲੇ ਵੱਡੇ ਬਜ਼ੁਰਗ ਫੌਜੀਆਂ ਇਹਨਾਂ ਪੇਚੀ ਵਜਾਉਣੀ ਨਾਲ ਅੱਛਾ ਲੈ ਕੇ ਜਾਣਾ ਆਇਆ ਅਲਵਿਦਾ ਕਰਨ ਵਾਸਤੇ ਸਹੀ ਸਹੀ ਇਹ ਬਹੁਤ ਚੰਗੇ ਸੀਗੇ ਉਹਦੇ 6-7 ਪੁੱਤ ਸੀ ਬੜਾ ਵਾਜਕਾ ਸੀ ਜਿਸ ਵੇਲੇ ਗੱਲ ਕੋਈ ਗੱਲ ਹੋਣੀ ਉਹ ਵਿੱਚ ਸ਼ਾਮਿਲ ਹੋਣਾ ਸਹੀ ਅੱਛਾ ਬਜ਼ੁਰਗ ਤੁਹਾਡੇ ਲਾਗੇ ਹੀ ਵੱਟੋ ਕੋਈ ਉਸ ਵੇਲੇ ਦੀ ਕੋਈ ਖਬਰ ਸੀ ਤੁਹਾਨੂੰ ਸਾਨੂੰ ਜੀ ਜਿਹੜੀ ਵੱਟੋ ਕਿੱਥੇ ਹੋਈ ਆ ਨਾ ਲੌਕੇ 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 ਖੁੜਿਆ ਅੱਛਾ ਹਲਾਈ ਉਹਦੇ ਵਿੱਚ ਅਸੀਂ ਉੱਥੇ ਸੀ ਨਾ ਗੱਬੀਆਂ ਵਾਲੇ ਅਸੀਂ ਨਾ ਗਏ ਨਾ ਦੇਖੇ ਲੁੱਟਮਾਰ ਵਾਲੇ ਬੇਬਹਾ ਜਾਂ ਵਾਧਾ ਉੱਧਰ ਬੇਬਹਾ ਕੋਈ ਉਹ ਮਰੇ ਕੋਈ ਉਹ ਮਰੇ ਬੇਬਹਾ ਇੱਥੇ ਦੁਨੀਆ ਮਰੀ ਖਬਰਾਂ ਤੇ ਆਉਂਦੀਆਂ ਸਨ ਤੁਹਾਨੂੰ ਸਾਨੂੰ ਖਬਰਾਂ ਮਿਲ ਜਾਂਦੀਆਂ ਸੀ ਸਹੀ ਸਹੀ ਅੱਛਾ ਬਜ਼ੁਰਗੋ ਜੇ ਤੁਹਾਡੀ ਅੱਜ ਜਿਹੜੇ ਨਾਂ ਤੁਸੀਂ ਲਏ ਆ ਉਹਨਾਂ ਨਾਮਾਂ ਦੇ ਵਿੱਚੋਂ ਕਿਸੇ ਦੇ ਬੱਚੇ ਨਾਲ ਤੁਹਾਡੀ ਗੱਲਬਾਤ ਕਰਾ ਦੀ ਗੱਲਬਾਤ ਸਾਡੀ ਇਹਨਾਂ ਨੇ ਹੋਣੀ ਆ ਉਹ ਹੁਣ ਅਸੀਂ ਮੈਂ ਆਪਣਾ ਦੱਸਣਾ ਉਹਨਾਂ ਨੇ ਆਪਣਾ ਦੱਸਣਾ ਫਿਰ ਹੀ ਪਤਾ ਲੱਗਣਾ ਅੱਛਾ ਜੇ ਅਸੀਂ ਰੂੜ ਸਿੰਘ ਨੂੰ ਨਾਨਾ ਕਹਿੰਦੇ ਸੀਗੇ ਰੂੜ ਸਿੰਘ ਨੂੰ ਨਾਨਾ ਕਹਿੰਦੇ ਸੀ ਦੀਵਾਰ ਸਾਡੀ ਸਾਂਝੀ ਸੀ ਅੱਛਾ ਉਹ ਇਧਰਲੇ ਪਾਸੇ ਸੀ ਇਧਰਲੇ ਪਾਸੇ ਭਾ ਵੀ ਵਾ ਜ਼ਬਰਦਸਤ ਇੱਕ ਦੀਵਾਰ ਤੁਹਾਡੀ ਸਰਦਾਰਾਂ ਨਾਲ ਇੱਕ ਦੀਵਾਰ ਸੀ ਸਾਂਝੀ ਇੱਕ ਦੀਵਾਰ ਸੀ ਤੇ ਰੂੜ ਸਿੰਘ ਤੁਸੀਂ ਨਾਨਾ ਕਹਿ ਰਹੇ ਸੀ ਅੱਜ ਹੋ ਸਕਦਾ ਉਹਨਾਂ ਦੇ ਬੱਚੇ ਜ਼ਰੂਰ ਹੈ ਵੀਡੀਓ ਵੇਖਣ ਅੱਛਾ ਰੂੜ ਦੇ ਘਰ ਰੂੜ ਸਿੰਘ ਦੇ ਘਰ ਹੋਰ ਕੌਣ ਕੌਣ ਹੁੰਦਾ ਸੀ ਰੂੜ ਸਿੰਘ ਦੇ ਮੁੰਡੇ ਸੀ ਦੋ ਹਾਂ ਨਾਂ ਯਾਦ ਆ ਕੋਈ ਨਾ ਕੋਈ ਨਾਂ ਨਹੀਂ ਨਾਂ ਨਹੀਂ ਨਾਂ ਨਹੀਂ ਯਾਦ ਹਾਂ ਇੱਕ ਪਾਖਰ ਸੀ ਕੀ ਨਾਂ ਸੀ ਇੱਧਰ ਵਿਆਹ ਸੀ ਅੱਛਾ ਲੋਕਿਆਂ 'ਚ ਲੋਕਿਆਂ 'ਚ ਉਹ ਇੱਥੇ ਮਾਰਿਆ ਗਿਆ ਸੀ ਉੱਦਾਂ ਹੀ ਅੱਛਾ ਬਜ਼ੁਰਗੋ ਜੇ ਉਹ ਲੋਕ ਆ ਜਾਣ ਆਪਣਾ ਪਿੰਡ ਵੇਖਣ ਤੇ ਤੁਸੀਂ ਕੀ ਸੁਨੇਹਾ ਦਿਓ ਅਗਰ ਮੈਂ ਜਿਹਦਾ ਰਿਹਾ ਮੈਂ ਹੋਵਾਂ ਅੱਛਾ ਤੇ ਮੈਂ ਇਕੱਲਾ ਇਕੱਲਾ ਘਰ ਵਿਖਾ ਸਕਦਾ ਇਕੱਲਾ ਇਕੱਲਾ ਘਰ ਵਿਖਾ ਸਕਦੇ ਇਕੱਲਾ ਇਕੱਲਾ ਘਰ ਵਿਖਾ ਸਕਦਾ ਹੁਣ ਪਿੰਡ ਬਹੁਤ ਬਦਲੇ ਆ ਪਿੰਡ ਬਦਲਿਆ ਇੱਕ ਇੱਕ ਘਰ ਦੇ ਵਿੱਚ ਐਡੇ ਐਡੇ ਮਕਾਨ ਸੀ ਐਡੇ ਐਡੇ ਹੱਥੇ ਖੁੱਲ੍ਹੇ ਉਹਦੇ 'ਚ 20-20 ਘਰ ਵਸਣ ਡਿਆ ਅਸਲੇ ਅੱਛਾ ਹੁਣ ਜਿਹੜਾ ਇਹਨਾਂ ਦਾ ਘਰ 'ਚ ਉਹ 'ਚ 15 ਘਰ ਵਸਣ ਡਿਆ ਆ ਹਰ ਘਰ ਦੇ ਵਿੱਚ ਕਿੰਨੇ ਘਰ ਚਲੋ ਤੁਸੀਂ ਸਾਨੂੰ ਵੀਡੀਓ ਰਾਹੀਂ ਵਿਖਾ ਦਿਓ ਇਹ ਵੀ ਬੜੀ ਗੱਲ ਆ ਆਹ ਘਰ ਫਲਾਣੇ ਦਾ ਸੀ ਅੱਛਾ ਆਹ ਫਲਾਣੇ ਦਾ ਸੀ ਆਹ ਫਲਾਣੇ ਦਾ ਚਲੋ ਤੁਸੀਂ ਸਾਨੂੰ ਜ਼ਰੂਰ ਵਿਖਾਓ ਸੂਬੇਦਾਰ ਦਾ ਸੀ ਆਹ ਜੋ ਆਹ ਫਲਾਣੇ ਦਾ ਸੀ ਸੂਬੇਦਾਰ ਕੌਣ ਸੀ ਕਰਤਾਰ ਸਿੰਘ ਸੀ ਕਰਤਾਰ ਸਿੰਘ ਸੂਬੇਦਾਰ ਸੀ ਸੂਬੇਦਾਰ ਸਹੀ 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 ਬਿਕਰ ਸਿੰਘ ਨੂੰ ਸਾਹਮਣਾ ਸੀ ਉਹਦੇ ਸਾਹਮਣੇ ਬਿਕਰ ਸਿੰਘ ਦਾ ਘਰ ਤੁਹਾਨੂੰ ਤਾਂ ਐਂ ਜਿਵੇਂ ਜ਼ਬਾਨੀ ਆ ਸਾਰਾ ਚਲੋ ਬਜ਼ੁਰਗੋ ਆਪਾਂ ਕੋਸ਼ਿਸ਼ ਕਰਦੇ ਹਾਂ ਇੱਕ ਪਰਿਵਾਰ ਨਾਲ ਤੁਹਾਡੀ ਮੈਂ ਗੱਲਬਾਤ ਕਰਾਉਣੀ ਹੈ ਅੱਛਾ ਬਜ਼ੁਰਗੋ ਮੇਰੇ ਕੋਲ ਕੁਛ ਤਸਵੀਰਾਂ ਨੇ ਇਹ ਵੇਖੋ ਨਾ ਇਹ ਤਸਵੀਰਾਂ ਨੇ ਇਹਨਾਂ ਦੀਆਂ ਇਹ ਤੁਹਾਡੇ ਪਿੰਡ ਵੱਸਦੇ ਸੀ ਅੱਛਾ ਇਹ ਤਸਵੀਰਾਂ ਸਰ ਹਾਂ ਇਹ ਦੌਲਤ ਸਿੰਘ ਦੀ ਤਸਵੀਰ ਆ ਜਿਹੜਾ ਤੁਹਾਡੇ ਨਾਲ ਨਾ ਖੇਡਦਾ ਰਿਹਾ ਨਾ ਹਾਂਜੀ ਇਹ ਦੌਲਤ ਸਿੰਘ ਹਾਂ ਇਹਨਾਂ ਦੀ ਅੱਗੇ ਜਿਹੜੀ ਹੈ ਨਾ ਅੱਗੇ ਬੱਚਿਆਂ ਦੇ ਵਿੱਚੋਂ ਬੈਲਜੀਅਮ ਹੁੰਦੇ ਆ ਉਹਨਾਂ ਨੇ ਸਾਨੂੰ ਕੱਲਿਆ ਸੀ ਕਿ ਕੋਈ ਸਾਡੇ ਪਿੰਡ ਦਾ ਕੋਈ ਮਿੱਤਰ ਹੋਵੇ ਕੋਈ ਸਾਡੇ ਨਾਲ ਗੱਲਬਾਤ ਕਰਾ ਦਿਓ ਮੈਂ ਤੁਹਾਨੂੰ ਨਾ ਇੱਥੇ ਇਹਨਾਂ ਦੇ ਨਾਂ ਨੂੰ ਦੱਸਦਾ ਸਾਰਿਆਂ ਦੇ ਅੱਛਾ ਇਹ ਸੀ ਬੰਤਾ ਸਿੰਘ ਦਾ ਪਤਾ ਬੰਤਾ ਸਿੰਘ ਚੇਰ ਸੀ ਬੰਤਾ ਸਿੰਘ ਚੇਰ ਸੀਗਾ ਕੇਰ ਚੇਰ ਸੀ ਅੱਛਾ ਪਾਣੀ ਭਰਦਾ ਹੁੰਦਾ ਸੀ ਅੱਛਾ ਇਹ ਰੂੜ ਸਿੰਘ ਇਹ ਦੋ ਭਰਾ ਸੀ ਬੰਤਾ ਸਿੰਘ ਅਤੇ ਰੂੜ ਸਿੰਘ ਇਹ ਰੂੜ ਸਿੰਘ ਅਤੇ ਬੰਤਾ ਸਿੰਘ ਦੋਵੇਂ ਭਰਾ ਵਾ ਸੀਗੇ ਇਹਨਾਂ ਦੇ ਫਿਰ ਬੱਚਿਆਂ ਵਿੱਚੋਂ ਬੰਤਾ ਸਿੰਘ ਦੇ ਬੱਚੇ ਦਲਵੰਤ ਸਿੰਘ ਠੀਕ ਹੈ
ਬਿੱਚਰ ਸਿੰਘ ਪਤਾ ਨਹੀਂ ਕੀ ਲਿਖਿਆ ਪ੍ਰੀਤਮ ਸਿੰਘ ਠੀਕ ਹੈ ਅਤੇ ਰੂਟ ਸਿੰਘ ਦੇ ਬੱਚਿਆਂ ਵਿੱਚੋਂ ਅੱਗੇ ਬੁੱਧ ਸਿੰਘ ਅਤੇ ਹੋਰ ਕਾਫੀ ਬੱਚਿਆਂ ਦੇ ਨਾਮ ਲਿਖੇ ਹੋਏ ਆ ਰੂਟ ਸਿੰਘ ਦੇ ਤਿੰਨ ਮੁੰਡੇ ਸੀ ਅਤੇ ਇੱਕ ਕੁੜੀ ਸੀ ਕਰਨੈਲ ਸਿੰਘ ਬੁੱਧ ਸਿੰਘ ਗੁਰਮੇਜ ਸਿੰਘ ਅਤੇ ਦੌਲਤ ਸਿੰਘ ਦੇ ਭਰਾਵਾਂ ਦਾ ਪਤਾ ਦੌਲਤ ਸਿੰਘ ਦੇ ਭਰਾਵਾਂ ਦਾ ਬਖਸ਼ੀਸ਼ ਸਿੰਘ ਅਤੇ ਪ੍ਰੀਤਮ ਸਿੰਘ ਨਹੀਂ ਪਤਾ ਦੌਲਤ ਸਿੰਘ ਦਾ ਪਤਾ ਹੈਲੋ ਵਾਲੇਕੁਮ ਸਲਾਮ ਬੀਬੀ ਬਾਬਾ ਜੀ ਮੈਂ ਹਾਂ ਨਾ ਜਿਹੜਾ ਦੌਲਤ ਸਿੰਘ ਹੈ ਨਾ ਤੁਹਾਡਾ ਦੋਸਤ ਆ ਆ ਹਾਂਜੀ ਉਹਦੀ ਵੱਡੀ ਕੁੜੀ ਦੀ ਕੁੜੀ ਆ ਅੱਛਾ ਅੱਛਾ ਦੋਤੀ ਦੋਤੀ ਅੱਛਾ 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 ਮੈਂ ਪਸ਼ੌਰਾ ਸੁਣਿਆ ਹੋਣਾ ਵੱਡਿਆਂ ਨੂੰ ਪੁੱਛ ਲੈਣਾ ਮੈਂ ਉਹਦਾ ਦੋਤਰਾ ਆ ਹੈਂ ਪਸ਼ੌਰਾ ਸੀ ਮੈਂ ਉਹਦਾ ਦੋਤਰਾ ਆ ਰੂੜ ਸਿੰਘ ਨੂੰ ਅਸੀਂ ਨਾਨਾ ਕਹਿੰਦੇ ਸੀਗੇ ਉਹਨੂੰ ਅਸੀਂ ਨਾਨਾ ਕਹਿੰਦੇ ਸੀਗੇ ਹੈਂ ਬਸ ਉਹ ਬੜੇ ਅਸੀਂ ਡੇਰੇ ਵੀ ਜਾਂਦੇ ਸੀ ਮੁਰੱਬੇ ਵੀ ਜਾਂਦੇ ਸੀਗੇ ਅਸੀਂ ਹਰ ਥਾਂ ਖੇਡਦੇ ਸੀਗੇ ਹਾਂਜੀ ਨਾਨੇ ਦੇ ਬਾਪ ਦਾ ਭਰਾ ਸੀ ਅੱਛਾ ਬੰਤਾ ਸਿੰਘ ਅੱਛਾ ਅੱਛਾ ਬਖਸ਼ੀ ਸਿੰਘ ਅੱਛਾ ਆ ਜਿਹੜੇ ਸਤਾਰ ਹੋਣੀ ਸੀ ਆਪਦਾ ਦੂਜਾ ਸਤਾਰ ਸਿੰਘ ਸਤਾਰ ਸਿੰਘ ਜਗਤਾਰ ਸਿੰਘ ਜਿਹਨਾਂ ਨੂੰ ਅਸੀਂ ਲੁੱਲੂ ਕਾਂਦੇ ਕਹਿੰਦੇ ਸੀਗੇ ਗਣੇਸ਼ਾ ਸਿੰਘ ਕੇ ਗਣੇਸ਼ਾ ਅੱਛਾ 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 ਇੱਧਰ ਬੀਰ ਸਿੰਘ ਸੀ ਅੱਛਾ ਅੱਛਾ ਉਹਦਾ ਨਾ ਮਹਿੰਦਰ ਸਿੰਘ ਸੀ ਉਹਦਾ ਪੋਤਰਾ ਉਹ ਸਾਡੇ ਨਾਲ ਪੜ੍ਹਦਾ ਸੀ ਅਸੀਂ ਪੜ੍ਹਦੇ ਸੀ ਮਹਿੰਦਰ ਨਾਲ ਹਾਂ ਹਾਂਜੀ ਬਾਕੀ ਅੱਛਾ ਭੋਲਾ ਸਿੰਘ ਸੀ ਨਾਲ ਤੁਹਾਡਾ ਬੁੱਗਿਆਂ ਦਾ ਘਰ ਸੀ ਨਾਲ ਹੈਲੋ ਹਾਂਜੀ ਮਕਾਨ ਤਾਂ ਢਾਏ ਆ ਇੱਕ ਉੱਚੇ ਨੀਵੇਂ ਸਭ ਜ਼ਮੀਨਾਂ ਉੱਚੀਆਂ ਹੋਣ ਡੀਆਂ ਢਾ ਢਾ ਕੇ ਉੱਚੇ ਇੱਕ ਅੱਧੀ ਦੀਵਾਰ ਤਾਂ ਹੈ ਹੀ ਆ ਨਾ ਉਹਦੀ ਮੜੀ ਸੀ ਨਾ ਉਹਦੀ ਉਹਦੇ ਮੁਰੱਬੇ ਮੜੀ ਬਣਾਈ ਸੀਗੀ ਉਹ ਹੈਗੀ ਆ ਉਹ ਹੈਗੀ ਆ ਉਹ ਖੱਟੀ ਵੀ ਹੈਗੀ ਆ ਉਹਦੀ ਜਾਮਣ ਸੀ ਨਾ ਵੱਡੀ ਉਹਦੀ ਜਾਮਣ ਸੀ ਨਾ ਵੱਡੀ ਉਹ ਕੱਟੀ ਗਈ ਆ ਇੱਕ ਹੈਗੀ ਆ ਜਿਹਨੇ ਤੁਹਾਡੇ ਹੱਥਾਂ ਦੀ ਲੱਗੀ ਆ ਖੂਹੀ ਤੂੰ ਬੰਦ ਕਰਤੀ ਆ ਜਿਹੜੀ ਸੀ ਡੇਰੇ 'ਤੇ ਮੁਰੱਬੇ 'ਤੇ ਜਿਹੜੀ ਖੂਹੀ ਸੀ ਉਹ ਬੰਦ ਕਰਤੀ ਆ ਉੱਥੇ ਨਲਕੇ ਲਾਏ ਆ ਹੁਣ ਇੱਕ ਇੱਕ ਮੁਰੱਬੇ 'ਚ ਤਾਂ ਹੈਗੇ ਦਸ ਦਸ ਘਰ ਹੈ ਅੱਛਾ ਬਜ਼ੁਰਗੋ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਸੀਂ ਉਹ ਸ਼ਹਿਰੋਂ ਮੇਰੇ ਨਾਲ ਪਿੰਡ ਤੱਕ ਆਏ ਇਹ ਕਿਹੜੀ ਗੱਲ ਆ ਇਹ ਕੋਈ ਬਾਤ ਨਹੀਂ ਕੋਈ ਬਾਤ ਅੱਛਾ ਜੇ ਉਹ ਲੋਕ ਜਿਹੜਾ ਫਰਜ਼ ਰੱਖਦੇ ਇਨਸਾਨ ਨੂੰ ਹਰ ਇੱਕ ਨੂੰ ਨਿਭਾਉਣਾ ਚਾਹੀਦਾ ਨਿਭਾਉਣਾ ਚਾਹੀਦਾ ਅੱਛਾ ਬਜ਼ੁਰਗੋ ਜੇ ਉਹ ਲੋਕ ਜਿਹੜੇ ਇਸ ਪਿੰਡ ਤੋਂ ਗਏ ਨੇ ਸਮਰਾਹ ਅਤੇ ਜੰਡਿਆਲਾ ਉੱਥੇ ਜਾ ਕੇ ਜਿਹੜੇ ਵੱਸਦੇ ਨੇ ਆ ਬਾਹਰ ਚਲੇ ਗਏ ਨੇ ਉਹ ਅਗਰ ਪਿੰਡ ਵੇਖਣਾ ਚਾਹੁੰਦੇ ਆ ਵੈਸੇ ਉਹਨਾਂ ਨੂੰ ਕੀ ਸੁਨੇਹਾ ਉਹਨਾਂ ਨੂੰ ਸੁਨੇਹਾ ਜਿਸ ਵਕਤ ਵੀ ਆ ਮੇਰਾ ਨਾਂ ਲਾਲਦੀਨ ਆ ਲਾਲਦੀਨ ਮੈਂ ਅੱਗੇ ਮੇਰਾ ਮਕਾਨ ਇੱਥੇ ਗਿਰਿਆ ਆ ਮੈਂ ਇੱਥੇ ਆ ਜਾਣਾ ਦੋ ਚੌਂ ਦਿਨਾਂ ਦਾ ਅੱਛਾ ਮੈਂ ਇੱਥੇ ਹੀ ਰਹਿਣਾ ਇੱਥੇ ਹੀ ਰਹਿਣਾ ਸਹੀ
ਜ਼ਿੰਦਗੀ ਚਾਹੇ ਜ਼ਿੰਦਗੀ ਹੋਈ ਤਾਂ ਮੈਂ ਇਕੱਲਾ ਇਕੱਲਾ ਕਰ ਰਿਹਾ ਇਕੱਲਾ ਇਕੱਲਾ ਕਰ ਵਿਖਾਵਾਂ ਮਤਲਬ ਕਿ ਲਾਲ ਦੀਨ ਵੱਲੋਂ ਇਹ ਸਮਰਾਜ ਹੰਡਿਆਲਾ ਵਾਲਿਆਂ ਨੂੰ ਸੁਨੇਹਾ ਜਦੋਂ ਮਰਜ਼ੀ ਆਓ ਸਾਡੇ ਕੋਲ ਜੀ ਸਰ ਦਰਵਾਜ਼ੇ ਖੁੱਲ੍ਹੇ ਹਾਂ ਚਲੋ ਜੀ ਮਿਹਰਬਾਨੀ ਤੁਹਾਡੀ ਤੁਹਾਡਾ ਸ਼ੁਕਰੀਆ ਉਹ ਮੇਰੇ ਹੁਣ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਮੈਂ ਜਿਹੜਾ ਪਿਛੋਰਾ ਸੀ ਤੁਹਾਡੇ ਕੋਲ ਅੱਛਾ ਸਾਡਾ ਨਾਨਾ ਅੱਛਾ ਉਹ ਰੂੜ ਸਿੰਘ ਦਾ ਇਕੱਠੇ ਨਾ ਲੰਗੋਟੀ ਹੀ ਹੈ ਨਾ ਪਿਛੋਰਾ ਤੁਹਾਡਾ ਨਾਨਾ ਅਤੇ ਰੂੜ ਸਿੰਘ ਇਹ ਲੰਗੋਟੀ ਹੈ ਲੰਗੋਟੀ ਹੈ ਅੱਛਾ ਸਹੀ ਹੋ ਗਿਆ ਦੀਵਾਰ ਨਾਲ ਦਿਵਾਸੇ ਸੀ ਨਾਨਕੀ ਆਏ ਹਾਂ ਹਾਂ ਸਹੀ ਆਪਾਂ ਜ਼ਰੂਰ ਵੀਡੀਓ ਰਾਹੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਰੂੜ ਸਿੰਘ ਦੇ ਅੱਗੇ ਔਲਾਦ ਆ ਉਹ ਜ਼ਰੂਰ ਉਹਨਾਂ ਵੱਲੋਂ ਵੀ ਇੱਕ ਸਾਂਝ ਹੋਵੇ ਤੁਹਾਡੇ ਨਾਲ ਉਹਨਾਂ ਵੱਲੋਂ ਵੀ ਇੱਕ ਫੋਨ ਕਾਲ ਜ਼ਰੂਰ ਹੋਵੇ ਬਾਬਾ ਜੀ ਲਾਲ ਦੀਨ ਵਾਸਤੇ ਠੀਕ ਬਾਬਾ ਜੀ ਲਾਲ ਦੀਨ ਜੀ ਉਹਨਾਂ ਦੇ ਇੰਤਜ਼ਾਰ 'ਚ ਨੇ ਜਿਹੜੇ ਸਮਰਾਜ ਹੰਡਿਆਲਾ ਤੋਂ ਉੱਠ ਕੇ ਗਏ ਨੇ ਬਾਬਾ ਜੀ ਦੀ ਹਾਫਜ਼ਾ ਬਹੁਤ ਜ਼ਬਰਦਸਤ ਹੈ ਬਾਬਾ ਜੀ ਨੇ ਬਹੁਤ ਨਾਮ ਯਾਦ ਨੇ ਆਪਾਂ ਜਦੋਂ ਪਿੰਡ ਤੋਂ ਇੱਥੇ ਤੱਕ ਆਏ ਹਾਂ ਇੱਕ ਇੱਕ ਮੁਰੱਬੇ ਦਾ ਬਾਬਾ ਜੀ ਨੇ ਸਾਨੂੰ ਦੱਸਿਆ ਫਲਾਣੇ ਦਾ ਮੁਰੱਬਾ ਸੀ ਫਲਾਣੇ ਦਾ ਮੁਰੱਬਾ ਸੀ ਫਲਾਣੇ ਦਾ ਮੁਰੱਬਾ ਸੀ ਔਰ ਹੁਣ ਜਦੋਂ ਆਪਾਂ ਪਿੰਡ 'ਚ ਜਾਵਾਂਗੇ ਤਾਂ ਬਾਬਾ ਜੀ ਸਾਨੂੰ ਜ਼ਰੂਰ ਉਹ ਘਰ ਵੀ ਵਿਖਾਉਣਗੇ ਕਿ ਇਹ ਘਰ ਇੱਦਾਂ ਸੀ ਇਹ ਘਰ ਇੱਦਾਂ ਸੀ ਚਲੋ ਇੱਕ ਯਾਦ ਦਹਾਨੀ ਜਿਹੜੀ ਹੈ ਉਹ ਸਮਰਾਜ ਹੰਡਿਆਲਾ ਵਾਲਿਆਂ ਦੀ ਸਾਡੇ ਕੋਲ ਰਹੇਗੀ ਔਰ ਉਸੀ ਯਾਦ ਦਹਾਨੀ ਨੂੰ ਆਪ ਜੀ ਦੇ ਰੂਬਰੂ ਪੇਸ਼ ਕਰਾਂਗੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਹੀ ਇਹ ਹੈ ਕਿ ਇੱਕ ਹਿਸਟਰੀ ਨੂੰ ਜਿਹੜਾ ਹੈ ਪ੍ਰਿਜ਼ਰਵ ਕਰਨਾ ਹੈ ਹਿਸਟਰੀ ਨੂੰ ਸੇਵ ਕਰਨਾ ਹੈ ਗੱਲਾਂ ਬਾਤਾਂ ਸਾਨੂੰ ਹੋਰ ਕਿੱਧਰੋਂ ਨਹੀਂ ਲੱਭਣੀਆਂ ਬਜ਼ੁਰਗਾਂ ਤੋਂ ਹੀ ਪਤਾ ਲੱਗਣੀਆਂ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਪਿਆਰ ਦੀਆਂ ਸਾਂਝਾ ਪ੍ਰੀਤ ਆਪ ਜੀ ਰੂਬਰੂ ਕਰਦੇ ਰਹਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ